बाबा गुलाब सिंह जी, बाबा गुलाब सिंह जी बड़ी खूबसूरत आवाज है उन्होंने, अक्सर मैं सुनता रहना उन्होंने, मेरे से बड़े ज्यादा फेवरेट है। खैर पहले तो आप उन्होंने वीडियो देखने हैं, फिर आप गलबात करते हैं। बाबा जी करम सिंह जी का मैं बचन सुनाउंदा हुंना, होती मरदान वाले महापुरख बाबा करम सिंह जी, उन्हां दी हफ्ते बाद ड्यूटी आउंदी सी, पहरा देंदे सी रफल फड़ के, जदों मिलटरी च सी महापुरख, उन्हां दी हफ्ते बाद फौज विच ड्यूटी आउणी, उन्हां ने पहरा देना ते उन्हां ने रख के साइड ते रफल ते खूह ते चौंकड़ा मार के बह जाणा, भगती करन, बंदगी करन। एक बारी, दो बारी, तीजी बारी, हर रोज ही इदां करी जांदे। एक फौजी ने अक के ना, एक फौजी ने अक के उन्हें शिकायत कर दित्ती अफसरां नूं। ਉਹ ਫੌਜੀ ਅੱਕ ਕੇ ਸ਼ਿਕਾਇਤ ਕਰਦਾ ਹੈ, ਕਹਿੰਦਾ ਹੈ ਅਫਸਰੋ ਇਹ ਜਿਹੜਾ ਕਰਮ ਸਿੰਘ ਡਿਊਟੀ ਤੇ ਨਹੀਂ ਆਉਂਦਾ। ਕਹਿੰਦੇ ਕਿਹੜਾ ਹੋਤੀ ਮਰਦਾਨ ਕਰੇ? ਹਾਂ ਕਹਿੰਦੇ ਉਹ ਤੇ ਬੜਾ ਪੱਕਾ ਹੈ ਡਿਊਟੀ ਦਾ, ਤੈਨੂੰ ਭੁਲੇਖਾ ਲੱਗਿਆ। ਕਹਿੰਦੇ ਨਾ, ਮੈਂ ਅੱਖਾਂ ਨਾਲ ਵੇਖਿਆ ਆਪਣੀਆਂ ਨਾਲ, ਰੱਖਦਾ ਰਫਲ ਰੱਖਦਾ ਸਾਈਡ ਤੇ ਤੇ ਅੱਖਾਂ ਮੀਚ ਕੇ ਸਮਾਧੀ ਲਾ ਕੇ ਬਹਿ ਜਾਂਦਾ, ਉਹ ਤੇ ਪਹਿਰਾ ਹੀ ਨਹੀਂ ਦਿੰਦਾ। ਕਹਿੰਦੇ ਅੱਛਾ ਇਹ ਕਿੱਦਾਂ ਹੋ ਸਕਦਾ? ਕਹਿੰਦਾ ਲੈ, ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਕਹਿੰਦਾ ਮੈਂ ਤੁਹਾਨੂੰ ਉੱਤੋਂ ਫੜਾ ਦਿਆਂਗਾ। ਸੁਣਿਓ, ਅਗਲੇ ਹਫਤੇ ਡਿਊਟੀ ਆਈ, ਧਿਆਨ ਦਿਓ, ਅਗਲੇ ਹਫਤੇ ਡਿਊਟੀ ਆਈ ਬਾਬਾ ਕਰਮ ਸਿੰਘ ਦੀ। ਉਹ ਫੌਜੀ ਨੇ ਵੀ ਧਿਆਨ ਰੱਖਿਆ ਵੀ ਮੈਂ ਫੜਾਉਣਾ ਹੈ ਇਹਨੂੰ। ਅਫਸਰ ਇਹਦੇ ਤੇ ਬੜਾ ਮਾਣ ਕਰਦੇ ਸੀ ਵੀ ਇਹ ਤੇ ਝੂਠ ਬੋਲਦਾ। ਉਹ ਕਹਿੰਦੇ ਡਿਊਟੀ ਆ ਗਈ, ਉਵੇਂ ਜਿਵੇਂ ਅੱਗੇ ਬਾਬਾ ਕਰਮ ਸਿੰਘ ਜੀ ਆਉਂਦੇ, ਰਫਲ ਰੱਖੀ ਸਾਈਡ ਤੇ, ਸਮਾਧੀ ਲਾ ਕੇ ਬਹਿ ਗਏ ਭਜਨ ਵਿੱਚ। ਉਹ ਅਫਸਰ ਫੌਜੀ ਸੀ ਜਿਹੜਾ, ਸਾਰ ਸੰਗਤ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਆਖਰ ਟੈਂਦਿਆਂ ਟੈਂਦਿਆਂ ਪੈ ਜਾਂਦੇ, ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ, ਪਵਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ, ਉਦਮ ਆਵਾਜ਼ ਨਾ ਕਦੇ ਵੀ ਕੰਮ ਸਰਦੇ, ਆਖਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ, ਚੁਗਲ ਖੋਰ ਨਾ ਚੁਗਲੀਓਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਸੰਗਤ ਜੀ, ਦੁੱਖ ਵਿਛੋੜੇ ਦਾ ਬੁਰਾ ਹੁੰਦਾ ਹੈ, ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਉਹ ਕਹਿੰਦੇ ਚੁਗਲੀ ਕਰਤੀ ਅਫਸਰਾਂ ਕੋਲ ਜਾ ਕੇ, ਕਹਿੰਦੇ ਤੁਸੀਂ ਕਹਿੰਦੇ ਸੀ ਨਾ ਵੀ ਉਹ ਤੇ ਬੜਾ ਪੱਕਾ ਕਰਮ ਸਿੰਘ ਡਿਊਟੀ ਦਾ, ਆ ਜਾਓ ਮੈਂ ਤੁਹਾਨੂੰ ਉੱਤੋਂ ਫੜਾਉਣਾ। ਅਫਸਰ ਆ ਗਏ, ਚੱਲ ਵੀ ਚੱਲੀਏ, ਅੱਖਾਂ ਨਾਲ ਵੇਖ ਕੇ ਗਿਆ ਵੀ ਬਾਬਾ ਕਰਮ ਸਿੰਘ ਉੱਥੇ ਰੱਖ ਕੇ ਰਫਲ ਸਾਈਡ ਤੇ ਭਗਤੀ ਕਰ ਰਹੇ ਨੇ। ਜਦੋਂ ਅਫਸਰ ਆਏ, ਜਦੋਂ ਅਫਸਰ ਸਹਿਬਾਨ ਆਏ ਤੇ ਕੀ ਤੱਕਿਆ ਸਰ ਸੰਗਤ ਜੀ, ਕੀ ਵੇਖਿਆ? ਕਹਿੰਦੇ ਬਾਬਾ ਕਰਮ ਸਿੰਘ ਰਫਲ ਮੋਢੇ ਤੇ ਪਾ ਕੇ ਪਹਿਰਾ ਦੇ ਰਹੇ ਨੇ। ਬਾਬਾ ਕਰਮ ਸਿੰਘ ਜੀ ਰਫਲ ਮੋਢੇ ਤੇ ਪਾ ਕੇ ਉੱਥੇ, ਉਹ ਵੇਖਿਆ ਤੇ ਸੀ ਵੀ ਖੂਹ ਦੇ ਕਿਨਾਰੇ ਤੇ ਬੈਠੇ ਨੇ, ਪਰ ਪਹਿਰਾ ਦੇ ਰਹੇ ਨੇ, ਘੁੰਮ ਰਹੇ ਨੇ। ਤੇ ਸਾਰ ਸੰਗਤ ਉਸ ਵੇਲੇ, ਉਹ ਜਿਹੜੇ ਅਫਸਰ ਸੀ ਉਹ ਕਹਿੰਦੇ ਆ ਕੀ ਤੂੰ ਤੇ ਕਹਿੰਦਾ ਸੀ, ਧਿਆਨ ਦਿਓ, ਉਹ ਤੂੰ ਤੇ ਕਹਿੰਦਾ ਸੀ ਵੀ ਕਰਮ ਸਿੰਘ ਡਿਊਟੀ ਤੇ ਨਹੀਂ ਆਉਂਦਾ, ਕਰਮ ਸਿੰਘ ਤੇ ਡਿਊਟੀ ਤੇ ਹਾਜ਼ਰ ਹੈ, ਉਹ ਤੇਰੇ ਸਾਹਮਣੇ ਪਹਿਰਾ ਦੇ ਰਿਹਾ ਰਫਲ ਸਾਈਡ ਤੇ ਪਾ ਕੇ। ਉਸ ਵੇਲੇ ਕਹਿੰਦੇ ਸਵੇਰੇ ਗੱਲ ਕਰਾਂਗੇ, ਰਾਤੀ 2 ਵਜੇ ਖਰਾਬ ਕਰਤਾ ਤੂੰ, ਨੀਂਦਰ ਖਰਾਬ ਕਰਤੀ ਗੁਰਮੁਖੋ। ਕਹਿੰਦੇ ਜਦੋਂ ਦਿਨ ਚੜਿਆ, ਧਿਆਨ ਦਿਓ, ਦਿਨ ਚੜਿਆ ਉਹ ਫੌਜੀ ਨੂੰ ਬੁਲਾ ਲਿਆ ਜਿਹਨੇ ਸ਼ਿਕਾਇਤ ਕੀਤੀ ਸੀ, ਕਹਿੰਦੇ ਤੂੰ ਝੂਠੀਆਂ ਸ਼ਿਕਾਇਤਾਂ ਕਰੀ ਗਿਆ ਰਾਤ? ਕਹਿੰਦੇ ਕੀ? ਉਹ ਤੂੰ ਕਰਮ ਸਿੰਘ ਨੂੰ ਬਦਨਾਮ ਕੀਤਾ ਵੀ ਉਹ ਡਿਊਟੀ ਤੇ ਨਹੀਂ ਆਉਂਦਾ, ਉੱਥੇ ਡਿਊਟੀ ਤੇ ਸੀ, ਪਹਿਰਾ ਦਿੰਦਾ ਰੋਜ਼। ਕਹਿੰਦਾ ਜੀ ਮੈਂ ਆਪਦੀਆਂ ਅੱਖਾਂ ਨਾਲ ਵੇਖਿਆ ਜਿਹਨੇ ਸ਼ਿਕਾਇਤ ਕੀਤੀ ਸੀ, ਮੈਂ ਇਹਨਾਂ ਅੱਖਾਂ ਨਾਲ ਵੇਖਿਆ ਕਰਮ ਸਿੰਘ ਡਿਊਟੀ ਤੇ ਨਹੀਂ ਆਇਆ। ਕਹਿੰਦੇ ਕਰਮ ਸਿੰਘ ਨੂੰ ਬੁਲਾ ਲਓ। ਬਾਬਾ ਕਰਮ ਸਿੰਘ ਨੂੰ ਬੁਲਾਇਆ, ਸਾਹਮਣੇ ਬਿਠਾ ਲਿਆ। ਕਹਿੰਦੇ ਕਰਮ ਸਿੰਘਾ ਜੋ ਬੋਲਣਾ ਸੱਚ ਬੋਲੀ। ਕਹਿੰਦਾ ਸਤ ਬਚਨ, ਤੈਨੂੰ ਸਵਾਲ ਨੇ ਕੋਈ ਸਾਡੇ? ਦੱਸੋ ਜੀ। ਕਹਿੰਦੇ ਕੀ ਗੱਲ, ਰਾਤ ਡਿਊਟੀ ਤੇ ਨਹੀਂ ਆਇਆ? ਬਾਬਾ ਕਰਮ ਸਿੰਘ ਨੂੰ ਪੁੱਛਦੇ ਨੇ ਅਫਸਰ, ਇਹ ਫੌਜੀ ਨੇ ਤੇਰੀ ਸ਼ਿਕਾਇਤ ਕੀਤੀ ਵੀ ਤੂੰ ਡਿਊਟੀ ਤੇ ਨਹੀਂ ਆਇਆ, ਕੀ ਗੱਲ ਭਾਈ ਤੂੰ ਰਾਤ ਡਿਊਟੀ ਤੇ ਨਹੀਂ ਆਇਆ? ਬਾਬਾ ਕਰਮ ਸਿੰਘ ਜੀ ਕਹਿੰਦੇ ਰਾਤ ਦੀ ਗੱਲ ਕਰਦੇ? ਕਹਿੰਦੇ ਹਾਂ ਰਾਤੀ। ਬਾਬਾ ਕਰਮ ਸਿੰਘ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਅਫਸਰ ਸਾਹਿਬਾਨੋ ਤੁਸੀਂ ਰਾਤ ਦੀ ਕਿਹੜੀ ਗੱਲ ਕਰਦੇ ਹੋ, ਮੈਂ ਤੇ ਕਦੇ ਵੀ ਨਹੀਂ ਆਇਆ। ਆਖੋ ਸਤਨਾ, ਮੈਂ ਤੇ ਕਦੇ ਵੀ ਨਹੀਂ ਆਇਆ। ਉਹ ਰਾਤ ਤੇ ਅਸੀਂ ਵੇਖਿਆ, ਉਹ ਜਿਹੜਾ ਪਹਿਰਾ ਦਿੰਦਾ ਸੀ ਕੌਣ ਸੀ ਰਾਤ? ਉਹ ਤੂੰ ਤੇ ਰਫਲ ਫੜ ਕੇ ਪਹਿਰਾ ਦਿੰਦਾ ਸੀ। ਬਾਬਾ ਕਰਮ ਸਿੰਘ ਜੀ ਉਸ ਵੇਲੇ ਆਖਣ ਲੱਗੇ, ਉਹ ਅਫਸਰੋ ਤੁਹਾਡੀਆਂ ਅੱਖਾਂ ਨਹੀਂ ਪਛਾਣ ਸਕੀਆਂ, ਉਹ ਮੈਂ ਨਹੀਂ ਸੀ, ਕੌਣ ਸੀ ਫਿਰ? ਪਹਿਰਾ ਦੇ ਕੇ ਅੱਖ ਲੱਗੀਆਂ ਵਾਲਾ ਮੈਂ ਤਾਂ ਉੱਥੇ ਗੈਰ ਹਾਜ਼ਰ ਸੀ, ਪਹਿਰਾ ਦੇ ਕੇ ਅੱਖ ਲੱਗੀਆਂ ਵਾਲਾ ਮੈਂ ਤਾਂ ਉੱਥੇ ਗੈਰ ਹਾਜ਼ਰ।
अद्धी अद्धी धारना बोलो पहले हिस्से च दास फिर भैणा सारे भाई अद्धी अद्धी बोल लो ओ पैरा दे गया कलंगिया वाला बाबा करम सिंह कहिंदे ते कलगी धर पैरा दे गए तुहाडे तो नहीं पछाणिया गया हाथ जुड़ गए अफसरां दे उस वेले अफसर साहिबानो मैं छड्डी तुहाडी नौकरी मैं नहीं करनी नौकरी कहिंदे क्यों जिन्ने मेरी थां ते रात खड़ के पैरा दिता है हुण मैं सारी जिंदगी उस मालक दे वचनां ते सत श्री बाबा गुलाब सिंह जी चमकौर साहब वाले इन्हों की अक्सर मैं इन्होंने सुनता रहना वा इन्ह दाखियाँ इन्ह दास तौर पर इन्ह की आवाज़ यार बड़ी खूबसूरत है ऐसी सुरीली आवाज़ है कि ओरिजिनल मतलब कि कोई किसी का सहारा नहीं अपनी आवाज़ इन्हों की फिर इन्हों मतलब कि जो हों पढ़न का तरीका गाने का तरीका फिर वो यार बड़ा एक बिल्कुल सूफियाना ऐसी खूबसूरत आवाज़ है सुन के ना एक दफा अंदरों मतलब कि इन्हों की भावें गलती समझ लगे या ना लगे जो इन की आवाज़ सुनता ना बंदा हाय हाय उस टाइम ही दिल लैन च बंदा कहता बस यार इन सुनी जाओ तो साखी सुनाते इस तरह करके कि रात को पैरा दिता तो चमत्कार है इस तरह की चीज़ा वैसे यकीन नहीं गा आता लेकिन इस तरह की गल्ला हो भी सकती हैं हो भी सकती हैं पहले मैं जमा भी नहीं इदा दीज़ा मानता गया चमत्कार इस तरह भी होंगे वै इदा भी होंगे वै लेकिन जो मैं काफ़ी चीज़ा देखिया वै खास तौर श्री दरबार साहब दियाँ उ मतलब कि लोग होंगे है तो ठीक हो जाते हैं कैंसर वाले तो कई चीज़ा मैं देखिया एक मैं इस तरह मैं देखा स एक व्हीलचेयर पर आया वो व्हीलचेयर पर आया तो वापस अपने पैरों पर गया मतलब कि इदा दीज़ों मैं देख रहा मैं कि चमत्कार जो इदा तो फिर हों कि नहीं यार ये चीज़ा है तो बाकी इसकी वीडियो बड़ी वधिया सी साखी बड़ी अच्छी सी तो ये मैसेज मैसेज ये है जो मैं समझा अपनी मुसलमानियत की नज़र में जो मैं समझा कि अगर साडा पैरा साढ़े जोड़े व्डे है वो मतलब कि दे सकते तो सानू भी देना चाहिए सानू भी उन्होंने याद करना चाहिए सानू भी अपने नबियों पैगंबरों वलियों सानू भी याद करना चाहिए सानू भी उन्होंने मगन चलना चाहिए हाँ जी अगर असं उन्होंने मानने ना तो उन्होंने जो उन्होंने कहा सानू भी वो करना चाहिए वै अपनी मर्जी की जिंदगी नहाना भी खुदकुशी है जिदा अपनी मर्जी न खत्म करना जिंदगी खत्म करना खुदकुशी है ना अपनी मर्जी की जिंदगी नहाना अपनी ख्वाहिशात उत्ते पूरा करना यह भी खुदकुशी है हाँ जी ये भी हराम है तो बाकी वीडियो बड़ी वधिया सी बाबा गुलाब सिंह जी मेरे तो बड़े ज़्यादा फेवरेट है मैं सुनता रहना मैं बाकी जो मैं अपनी मुसलमानियत की नज़र में जो मैं समझना सी वो तुम दसदा बाकी ख्याल है तारी की राय है तो सर एक मिनट बॉक्स लाजमी दसो